قل هو الله أحد الله الصمد صلي وخمس 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 جتنے حضرات تشریف فرماؤ سارے نبی کے سلوات پڑھو اللہ صلی اللہ محمد پھر بھی بابا سے غلام سلوات صلی اللہ محمد اس پورے دن دی اول تو لے کے آخر تک دی نوکری دی قبولیت اور منظوری دی خاطر ایک دفعہ بد سمجھ اللہ اللہ سن لیا دعا ہے سرکار کے دربار کہ تو سارے مرے بھی تشریف لے لیا بار مرے بھی بسوں کے سوال نہیں پڑھن والے پڑھائی تو میں حکیم کی نوکری بولا بارگاہ سرکار انہیں حق لا مولا سماپری بار اجلے عظیم عطا فرمایا انہیں مرحومین دے مولا درجات بلند فرمایا عزیز قمر امام مختار سانجے مولا مصیبتاں دکھ پریشانیاں دور فرماوے چودھری خان محمد صاحب مولا مکمل صحت عطا فرمائے سرکار مکمل شفا عطا فرمائے اس گھر خاندان تے اس نگری تے اس ذکر دے صدقے جلال اپنی بارگاہ جو رحمت برکت نازل فرمائے مولا عزت عطا فرمائے سارے سوال بھی حاضر سردار قبول ہوئے سوائے گئے شہید جہان دے ہر وقت مولا تمہیں محفوظ رکھے اگر کسی صاحب کے دل وچ کوئی دعا کوئی آرزو کوئی اپیل ہے اپنے دل وچ رکھ دینی ہے میرے ذمے لجپالا کا دربار ہے سرکار دلاں دے نال ساتھ تے سارے دعائیں مولا قبول فرمائے قائم آل محمد سرکار دے دل دی ظہور ہوئے تاکہ حق اور باطل دا فیصلہ ہو نعرہ تکبیر جتنے حضرات بیٹھے ہو مہربانی فرماؤ چونکہ عبادت ہے ساری تے سارے مل کے لوگ نعرہ تکبیر نعرہ رسالت نعرہ رسالت نعرہ حیدری اچھی آواز نعرہ حیدری حسینیت زندہ باد حسینیت زندہ باد یزیدیت مردہ باد یزیدیت مردہ باد پاک مخدوم علی دشمن تلاعت ملک عالم حسین دشمن تلاعت سلوات سارے حضرات کھل جلالت ماشاءاللہ لا حول ولا قوۃ الا باللہ العلی العظیم بسم اللہ الرحمن الرحیم انما یرید اللہ لیذھب عنکم الرجس اہل البیت ویطہرکم تطہیرا نبی کا گھر طاہر مخدومہ کا عجب شان کا گھر ہے انہوں حکم دیتا اسی حاضر ہو گئے کہ جتنا فرمایا ہے اتنی ڈیوٹی دے لیا تیاری آ رہی اور جس دربار چ بیٹھے ہو نا جنہیں نوکری ڈیوٹی واسطے سارے حاضر ہو گیا
ਇਸ ਘਰ ਦੇ ਬਰਾਬਰ ਦਾ, ਇਸ ਦੇ ਵਜ਼ਨ ਦਾ, ਇਸ ਦੇ ਮੁਕਾਬਲੇ ਦਾ, ਇਸ ਦੇ ਨਾਲ ਦਾ ਦੋਵਾਂ ਜਹਾਨਾਂ 'ਚ ਸਾਰੀ ਕਾਇਨਾਤ 'ਚ ਹੋਰ ਕੋਈ ਘਰ ਨਹੀਂ। ਇਹ ਸੱਚਾ ਦਰਬਾਰ ਹੈ, ਸੱਚੇ ਸਰਦਾਰਾਂ ਦੀ ਕਚਹਿਰੀ ਹੈ। ਪਾਕ ਮੈਂਬਰ ਲਾਹੌਰ ਸੂਬੇ ਕੇ ਲਿਖਿਆ ਹੋਇਆ ਤੋ ਮੈਂ ਸਾਰੇ ਮੋਮਿਨ ਦੇ ਸਾਹਮਣੇ ਜਾਂ ਜਿੱਥੇ ਜਿੱਥੇ ਆਵਾਜ਼ ਪਹੁੰਚ ਰਹੀ ਹੈ ਉਹਨਾਂ ਦੇ ਸਾਹਮਣੇ ਐਲਾਨ ਕਰਕੇ ਕਹਿੰਦਾ, ਘਰ ਤਾਹਿਰ ਮਖਦੂਮਾ ਕਾ ਅਜਬ ਸ਼ਾਨ ਕਾ ਘਰ ਹੈ। ਘਰ ਤਾਹਿਰ ਮਖਦੂਮਾ ਕਾ ਅਜਬ ਸ਼ਾਨ ਕਾ ਘਰ ਹੈ। ਬਿਸਮਿਲ੍ਲਾ ਜਿਤਨੇ ਹਜ਼ਾਰ ਬੈਠੋ ਕਾਫੀ ਸਾਰੇ ਚਲੋ ਕੋਈ ਸਾਈ ਕਟਰ ਮੇਰਾ ਕੋਈ ਇਸੇ ਤਰ੍ਹਾਂ ਜਿਤਨੇ ਬੈਠੇ ਹੋ ਮੇਰਾ ਦਿਲ ਹੈ ਇੱਕ ਵਾਰੀ ਰਹਿਮਤ ਔਰ ਬਰਕਤ ਦੇ ਨਜ਼ੂਲ ਵਾਸਤੇ ਮੈਂ ਵਕਤ ਰੱਖਾਂ ਤੋ ਮੈਂ ਪਹਿਲਾ ਘਰ ਤਾਹਿਰ ਮਖਦੂਮਾ ਕਾ ਅਜਬ ਸ਼ਾਨ ਕਾ ਘਰ ਹੈ ਕਿਵੇਂ ਫਰਮੈਦਨ ਕੇ ਵਹੀ ਕੀ ਮੰਜ਼ਿਲ ਹੈ ਕੁਰਾਨ ਕਾ ਘਰ ਹੈ। ਘਰ ਤਾਹਿਰ ਮਖਦੂਮਾ ਕਾ ਅਜਬ ਸ਼ਾਨ ਕਾ ਘਰ ਹੈ ਯੇ ਵਹੀ ਕੀ ਮੰਜ਼ਿਲ ਹੈ ਕੁਰਾਨ ਕਾ ਘਰ ਹੈ ਫਰਮੈਦਨ ਇਸਲਾਮ ਕੇ ਆਇਨ ਮੇਂ ਈਮਾਨ ਕਾ ਘਰ ਹੈ। اسلام کے آئین میں ایمان کا گھر ہے یہ مومن اور منافق کی پہچان ہے۔ بہت اچھا ایک لفظ اور دربار کے مالکاں دی شان وچ تے اس دربار دے سیدا وقت نوں دے دے تو اے بزرگ وی پڑھدے ہن اسی وی پڑھدے ہاں ਉਹਨਾਂ ਦੀ ਦੁਆ ਵਾਸਤੇ ਤੇ ਤੁਹਾਡੇ ਕੋਲੇ ਵੀ ਦੁਆ ਲੈਣ ਵਾਸਤੇ ਉਹ ਮਜਲਿਸ ਦੇ ਵਾਰਿਸ ਸਰਦਾਰਾਂ ਦੀ ਸ਼ਾਨ ਵਿੱਚ ਬਜ਼ੁਰਗ ਫਰਮਾਉਂਦੇ ਨੇ ਇਨ ਸੇ ਕਤਰਾ ਕੋਈ ਮੰਗੇ ਤੋ ਗੋਹਰ ਦੇਤੇ ਹੈ ਕੋਈ ਮੰਗੇ ਤੇ ਸਹੀ ਇਨ ਸੇ ਕਤਰਾ ਕੋਈ ਮੰਗੇ ਤੋ ਗੋਹਰ ਦੇਤੇ ਹੈ ਹੈ ਸਖੀ ਇਬਨੇ ਸਖੀ ਬਾਤ ਪੇ ਸਰ ਦੇਤੇ ਹੈ। ਇਨਸੇ ਖਤਰਾ ਕੋਈ ਮਾਂਗੇ ਤੋ ਗੋਹਰ ਦੇਤੇ ਹੈ ਹੈ ਸਖੀ ਇਬਨੇ ਸਖੀ ਬਾਤ ਪੇ ਸਰ ਦੇਤੇ ਹੈ ਫਰਮਾਉਂਦੇ ਪੇਟ ਸਾਇਲ ਕਾ ਯੇ ਫਾਕੋ ਮੇਂ ਵੀ ਭਰ ਦੇਤੇ ਹੈ ਪੇਟ ਸਾਇਲ ਕਾ ਯੇ ਫਾਕੋ ਮੇਂ ਵੀ ਭਰ ਦੇਤੇ ਹੈ ਯਾ ਗੁਜ਼ਰ ਦੇਤੇ ਹੈ ਔਰ ਫਿਰ ਦੋਸ ਮੇਂ ਘਰ ਦੇਤੇ ਹੈ। ਮੈਂ ਚਾਹੁੰਦਾ ਕਿ ਜਨਾਬ ਦੀ ਔਰ ਆਪਣੀ ਇਬਾਦਤ ਵਾਸਤੇ ਆਪਣੀ ਨੌਕਰੀ ਦੇ ਵਕਤ ਚ ਮੈਂ ਕਸੀਦਾ ਗੱਲ ਮੇਰੀ ਖਤਮ ਹੋ ਗਈ ਸਲਵਾਰ ਪੜ੍ਹੋ ਤੇ ਮੈਂ ਸ਼ੁਰੂ ਕਰਾਂ ਜਲਦੀ ਕਰੋ ਜਲਦੀ ਇੱਕ ਨਾਰਾ ਖੁੱਲੇ ਤੇਰੇ ਨਾਲ ਹੋਵੇ ਬਗੈਰ ਗੱਲ ਦੇ ਕਸੀਦਾ ਸ਼ੁਰੂ ਕਰਨ ਲੱਗਾ ਜ਼ਾਕਿਰ ਗਰ ਹਜ਼ਰਾਤ ਬੈਠੇ ਹੋ ਕਦੀ ਮਾਨੋ ਸੁਣਨ ਵਾਲੇ ਅਸਾਂ ਤੁਹਾਨੂੰ ਕੀ ਸਮਝਾਉਣਾ ਤੁਸੀਂ ਸਾਨੂੰ ਸਮਝਾਉਣ ਵਾਲੇ ਹੋ ਤੋ ਕਸੀਦਾ ਸ਼ੁਰੂ ਪੇ ਕਰ ਆਪਣੀ ਡਿਊਟੀ ਦੇ ਟਾਈਮ ਵਿੱਚ ਤੁਹਾਡੀ ਤੇ ਆਪਣੀ ਵਾਪਸ ਵਾਸਤੇ ਨਾਰਾ ਮਿਲ ਕੇ ਹੋਵੇ ਤੇ ਮੈਂ ਸ਼ੁਰੂ ਕਰ ਦਿਆ ਮੈਂ ਭੁੱਲ ਨਹੀਂ ਗਿਆ
ਸਪੀਕਰ ਤੇ ਖਲੋ ਕੇ ਕੋਈ ਬੰਦਾ ਇਹ ਆ ਸਕਦਾ ਹੈ ਕਿ ਜਿਹੜਾ ਐਲਾਨ ਪੈ ਕਰਦੇ ਹੋ ਇਹ ਦੱਸੋ ਤਾਂ ਸਹੀ ਬਾਤ ਹੈ ਕਿਹੜੀ ਆਖਣਾ ਕੀ ਚਾਹੀਦਾ ਹੈ ਸ਼ੇਰ ਸੁਣਾਵਾ ਆਖੇ ਐਸੇ ਬਸ਼ਰ ਸੇ ਆਜ ਤੱਕ ਆਪਣੀ ਕਭੀ ਬਣੀ ਨਹੀਂ ਕਿਉਂ ਨਹੀਂ ਬਣੀ ਇਹਦੀ ਵਜ੍ਹਾ ਦੱਸਣ ਲੱਗਾ ਜਾਕਰ ਕਰ ਹਰ ਰਾਤ ਤੇ ਆਏ ਗਜ਼ਾ ਦੇ ਸ਼ੇਰ ਕੇ ਭੰਡਾਰ ਜਗਰਦਾ ਹਜ਼ਾਰ ਰੁਪਿਆ ਕਰਦਾ ਮੈਂ ਪਿਆਰਾ ਸੱਚੀ ਗੱਲ ਇਹ ਕਿ ਮਜਲਿਸ ਦੇ ਵਾਰਿਸ ਬਾਦਸ਼ਾਹ ਨੂੰ ਸਹੀ ਮੰਨਣ ਵਿੱਚ ਜਿਤਨਾ ਅਸਰ ਹੈ ਨਾ ਇਤਨਾ ਕਾਇਨਾਤ ਦੀ ਕਿਸੇ ਸ਼ੈ ਜ਼ੋਰ ਇਤਨਾ ਤਾਕਤ ਸਹੀ ਮੰਨਣ ਤਾਸੀਰ ਤੇ ਤਾਕਤ ਦੱਸਣ ਲੱਗਾ
ਜਿਹਨਾਂ ਦਿਲਾਂ ਚ ਵੀ ਬਾਦਸ਼ਾਹ ਵਸਦੇ ਨੇ। ਸ਼ੇਰ ਫੜ ਲਗਾ ਕੇ ਸਰਕਾਰ ਨੂੰ ਬੰਦਾ ਸਹੀ ਮੰਨੇ, ਸਹੀ ਦਿਲਾਂ ਰੱਖੇ, ਉਹਦੀ ਤਾਕਤ ਕਿਤੇ ਉਸ ਚ ਅਸਰ ਕਿਤੇ। ਇਸ ਜ਼ਮਾਨੇ ਚ ਬਗੈਰ ਤਸ਼ਰੀਹ ਦੇ ਅਰਜ਼ ਪੇ ਕਰੇਗਾ ਸਰਕਾਰ ਰਿਸ਼ਤੇ ਦੀ ਖਾਸਤ ਕਾਰੀ ਕੀਤੀ। ਸਰਕਾਰ ਗਜ਼ਬ ਲਾ ਕੇ ਮੂੰਹ ਫੇਰ ਲਿਆ ਤੇ ਮੇਰੇ ਮੌਲਾ ਨੇ ਫਰਮਾਇਆ, ਮੇਰੀ ਧੀ ਦਾ ਅਕਤ ਉਸ ਘਰ ਹੋ ਸੀ ਜਿਹੜੇ ਘਰ ਸਿਤਾਰਾ ਲਾ ਸੀ। ਸ਼ੇਰ ਬੜਾ ਚੁੱਕੇ ਵਕਤ ਜ਼ਿਆਦਾ ਲਾ ਆਪਣੇ ਆਪਣੇ ਘਰਾਂ ਚ ਹਰ ਕੋਈ ਜੋ ਕੁਛ ਕਰ ਸਕਦਾ ਕਰਕੇ ਇੰਤਜ਼ਾਰ ਚ ਬੈਠਾ। ਜੋ ਕੁਛ ਮੈਂ ਸੁਣਾਉਣਾ ਚਾਹੁੰਦਾ, ਕੁਛ ਬੰਦੇ ਘਰ ਸਜਾ ਕੇ ਮਕਾਨ ਦੀ ਛੱਤ ਤੇ ਚਰਾਗਾ ਕਰਕੇ ਬੜੀ ਠਾਠ ਨਾਲ ਮਕਾਨ ਦੀ ਛੱਤ ਤੇ ਬੈਠੇ। ਇਤਫਾਕ ਨਾਲ ਜਨਾਬ ਸਲਮਾਨ ਸਾਹਿਬ ਇਮਾਨ ਤੋਂ ਗੁਜ਼ਰ ਹੋਇਆ। ਉਹ ਸਲਮਾਨ ਜਿਹੜਾ ਇਮਾਨ ਦੇ ਦਸਵੇਂ ਦਰਜੇ ਦੇ ਕੰਮ ਦੇਖੇ ਬੰਦੇ ਮਕਾਨ ਦੀ ਛੱਤ ਤੇ ਬੈਠੇ ਲਫ਼ਜ਼ਾ ਹੋਣਾ ਬਾਮ ਬਾਮ ਵੀ ਛੱਤ ਨੂੰ ਵਧੇ। ਤੁਸੀਂ ਮੇਰੇ ਤੋਂ ਅੱਛੇ ਜਾਣਦੇ ਹੋ। ਜਰਾ ਪੁੱਛਿਆ ਕਿਉਂ ਬੈਠੇ ਹੋ ਮਕਾਨ ਦੀ ਛੱਤ ਤੇ ਸਜਾ ਕੇ ਚਰਾਗਾ ਕਰਕੇ ਕਿਸ ਵਾਸਤੇ ਬੈਠੇ ਹੋ? ਉਹਨਾਂ ਕੇ ਸਿਤਾਰੇ ਦੀ ਇੰਤਜ਼ਾਰ ਹੈ ਜੀ। ਯਕੀਨਨ ਉਹਨਾਂ ਸਰਮਾਇਆ ਉਸ ਥੈ ਫਿੱਟ ਬਹੁਤ ਸਰਸ ਜਨਾਬ ਸਲਮਾਨ ਇਹਨਾਂ ਦੇ ਪਾਸੇ ਵੇਖ ਕੇ ਫਰਮਾਉਂਦੇ ਨੇ ਜਨਾਬ ਸਲਮਾਨ ਫਰਮਾਉਂਦੇ ਹਨ
क्या बात है, उड़े दिन एक शेर सुना लगा किसी के साथ इस सारे बजाना लेने तरफों अली बादशाह सरकार के दरबार जमाने जैसे भी हालात हो ना ते मालका ते वारसा तो दस के तो में ना ते सारे मनन है ये तरफ दारा मिल के सुनाओ से मैं शुरू करा हर पे करेगा भैया एली तै कुबली मोमिन मैं दे पहले जो मोमिन नहीं पर मोमिन सदे लो झगड़े सर झुका के हाथ जोड़ के बड़े अदब नाल अर्ज पे करे ना मेरा मौला सारे दमले उते मशहूर हो गए अल्लाह दा कबर अज पुरूर हो गए वाह वाह इतेरा मतलब ने हो अल्लाह जी रे जिथे जिथे बैठो अर्ज पे करे ना मेरे मौला सारे दमले उते मशहूर हो गए कोई मजबूर नहीं कुछ नहीं कोई ऐसी गल नहीं जिहड़ी तुहानूं याद ना हो ते जिहड़े इस ख्याल ते तुरे हो कि सैयद वस्ते आले ते बेमौसम ते दुनिया तों ओपरे रंग च जिहड़े वाह कोई ज्यादा नहीं पढ़ना बिल्कुल अर्थ करे ना मेरे पुत्र जवान ज़ईफ़ी विच पता उस मुझे प्यो मोल है जिसका पुत्र मरे ना मारे जिन्हें पंग करके रोना है सदके दा जिन्हें दी आह निकल गई ਜਿਹੜੇ ਰੋ ਪਏ ਪਾਕ ਮਸਤੂਰਾ ਨੌਕਰੀ ਕਬੂਲ ਫਰਮਾਵੇ ਬਿਸਮਿਲਲਾ ਕਰਾ ਜਿਸ ਕੌਮ ਤੇ ਜਿਸ ਮਜ਼ਹਬ ਦੇ ਲੋਕ ਮੈਂ ਫਿਰ ਤੇ ਅਰ ਕੀਤਾ ਮੇਰੇ ਪੁੱਤਰ ਜਵਾਨ ਲਈ ਹੀ ਵਿੱਚ ਸ਼ਾਲਾ ਕਿਸੇ ਦਾ ਨਾ ਪੜੇ ਹਾਂ
میں پیغمبر پتر جوان لئی بیچ تے ہوندے پیار میں
روک بھی آئیے بڑی منت آئی دوسرا اعلان 6 مئی نو قادر کلونی مسیح آزاد ہے۔